ਕਰਨ ਫੜਿਓ ਇਹ ਦੇਖੋ ਜੀ ਜਿਵੇਂ ਸਾਰਿਆਂ ਨੂੰ ਹੀ ਪਤਾ ਹੈ ਕਿ ਅੱਜ ਸਾਡੇ ਦੇਸ਼ ਵਿੱਚ ਨੋਵਲ ਕੋਰੋਨਾ ਵਾਇਰਸ ਦੀ ਜਿਹੜੀ ਉਹ ਮਹਾਮਾਰੀ ਬਹੁਤ ਭਿਆਨਕ ਰੂਪ ਦੇ ਵਿੱਚ ਜਿਹੜੀ ਆ ਉਹ ਆਪਣਾ ਰੂਪ ਧਾਰਨ ਕਰ ਚੁੱਕੀ ਆ ਸੋ ਇਸੇ ਚੱਲਦਿਆਂ ਜਿਹੜੀ ਆਕਸੀਜਨ ਦੀ ਕਮੀ ਵੀ ਜਿਹੜੀ ਅੱਜ ਸਾਡੇ ਦੇਸ਼ ਵਿੱਚ ਉਹ ਚੱਲ ਰਹੀ ਆ ਜੀ ਸੋ ਇਸੇ ਮੱਦੇ ਨਜ਼ਰ ਰੱਖਦਿਆਂ ਇਹ ਸਾਡੀ ਸੰਸਥਾ ਜਿਹੜੀ ਆ ਉਸ ਵੱਲੋਂ ਰੁੱਖ ਲਗਾਓ ਅਤੇ ਵਾਤਾਵਰਨ ਬਚਾਓ ਦੀ ਮੁਹਿੰਮ ਸ਼ੁਰੂ ਕੀਤੀ ਗਈ ਆ ਸੋ ਇਸੇ ਤਹਿਤ ਹੀ ਅੱਜ ਅਸੀਂ ਜਿਹੜਾ ਵਾ ਇਹ ਸਰਦਾਰ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਕੋਲੋਂ ਜਿਹੜੀ ਅੱਜ ਸ਼ੁਰੂਆਤ ਕਰਾਈ ਆ ਜੀ ਸੋ ਇਸੇ ਤਹਿਤ ਹੀ ਅਸੀਂ 94 ਪਿੰਡਾਂ ਦੇ ਵਿੱਚ ਜਿਹੜੀ ਆ ਉਹ 200 ਬੂਟੇ ਹਰ ਪਿੰਡ ਵਿੱਚ ਲਵਾਵਾਂਗੇ ਸੋ ਅਸੀਂ ਆਸ ਕਰਦੇ ਹਾਂ ਕਿ ਸ਼ਾਇਦ ਕਿਤੇ ਨਾ ਕਿਤੇ ਜਿਹੜਾ ਵਾ ਉਹ ਬੂਟਾ ਸਾਰਿਆਂ ਨੂੰ ਆਕਸੀਜਨ ਅਤੇ ਹੋਰ ਵੀ ਜਿਹੜਾ ਵਾ ਉਹ ਫਾਇਦੇ ਦੇਵੇਗਾ ਜੀ ਇੱਕ ਸੰਸਥਾ ਜਿਹਦੇ ਵਿੱਚ ਕਰੀਬ 250 ਦੇ ਨੌਜਵਾਨ ਸਾਡੇ ਨਾਲ ਜੁੜੇ ਹੋਏ ਆ ਸੋ ਅਸੀਂ ਖੁਦ ਜਿਹੜਾ ਵਾ ਅਸੀਂ ਆਪ ਕਈਆਂ ਦੇ ਨਾਲ ਆਪਣੇ ਹੱਥੀਂ ਜਿਹੜੇ ਆ ਬੂਟੇ ਲਾ ਰਹੇ ਹਾਂ ਸੋ ਕੋਸ਼ਿਸ਼ ਕਰ ਰਹੇ ਹਾਂ ਕਿ ਬੂਟੇ ਅਸੀਂ ਉਸ ਜਗ੍ਹਾ 'ਤੇ ਲਾ ਰਹੇ ਹਾਂ ਜਿੱਥੇ ਉਹ ਪਲ ਸਕਣ ਇਹ ਗੱਲ ਇਸ ਤਰ੍ਹਾਂ ਜੀ ਕਿ ਅੱਜ ਸਾਡੇ ਇੱਥੇ ਐਨ ਜੀ ਓ ਆ ਨੌਜਵਾਨ ਸ਼ਕਤੀ ਸਮਾਜ ਭਲਾਈ ਸੰਸਥਾ ਉਹਨਾਂ ਨੇ 94 ਪਿੰਡਾਂ ਦੇ ਵਿੱਚ 200 ਪਲਾਂਟ ਲਾਉਣਾ ਔਰ ਉਹਦੀ ਸ਼ੁਰੂਆਤ ਅੱਜ ਇਹ ਪਲਾਂਟ ਲਾ ਕੇ ਕੀਤੀ ਗਈ ਆ ਲੀਚੀ ਦਾ ਪਲਾਂਟ ਆ ਔਰ ਇਹਦੇ 'ਚ ਜਿਹੜੇ ਸ਼ਾਨਦਾਰ ਦਰਖਤ ਨੇ ਉਹ ਵੀ ਲਾਏ ਜਾਣੇ ਆ ਔਰ ਅੱਜ ਦੇ ਸਮੇਂ 'ਚ ਜਦੋਂ ਕਿ ਕਰੋਨਾ ਇਸ ਵੇਲੇ ਦੂਜੀ ਵੇਵ ਦੇ ਵਿੱਚੋਂ ਦੀ ਦੂਜੀ ਵੇਵ ਦੇ ਵਿੱਚੋਂ ਅਸੀਂ ਸਾਰੇ ਜਿਹੜੇ ਆ ਗੁਜ਼ਰ ਰਹੇ ਹਾਂ ਔਰ ਅੱਗੇ ਤੀਜੀ ਅਤੇ ਚੌਥੀ ਵੇਵ ਵੀ ਜਿਹੜੀ ਆ ਉਹ ਐਕਸਪੈਕਟਡ ਆ ਅਤੇ ਇੱਥੇ ਅੱਜ ਆਕਸੀਜਨ ਜਿਹੜੀ ਐਨਰਿਚ ਕਰਨ ਦੇ ਲਈ ਸਾਰਾ ਜਿਹੜਾ ਇਹ ਪਲਾਂਟੇਸ਼ਨ ਕੀਤੀ ਜਾ ਰਹੀ ਆ ਤੁਸੀਂ ਵੈਸੇ ਵੀ ਵੇਖੋ ਤਾਂ ਸਾਡੇ ਰੈਜੀਡੈਂਸ 'ਤੇ ਹਰ ਪਾਸੇ ਪਲਾਂਟਸ ਹੀ ਪਲਾਂਟਸ ਨੇ ਜੇ ਪਿੱਛੇ ਚੱਲ ਜਾਓ ਤਾਂ ਪਿੱਛੇ ਵੀ ਬਹੁਤ ਵਧੀਆ ਫਲਦਾਰ ਪਲਾਂਟਸ ਨੇ ਔਰ ਉਹ ਵੀ ਜਿਹੜੇ ਆ ਬੜਾ ਅੱਛਾ ਜਿਹੜਾ ਉਹਨਾਂ ਦਾ ਇਹ ਕਹਿ ਲਓ ਕਿ ਉਹ ਬੜੀ ਅੱਛੀ ਜਿਹੜੀ ਆ ਉਹਨਾਂ ਦੀ ਛਾਂ ਵੀ ਆ ਔਰ ਨਾਲ ਦੀ ਨਾਲ ਜਿਹੜਾ ਇੱਕ ਆਕਸੀਜਨ ਦਾ ਸਰੋਤ ਆ ਅੱਜ ਆਕਸੀਜਨ ਦੀ ਕਮੀ ਜਿਹੜੀ ਆ ਸਾਨੂੰ ਬਹੁਤ ਬੁਰੀ ਤਰ੍ਹਾਂ ਖਟਕ ਰਹੀ ਆ ਔਰ ਹੋਰ ਵੀ ਕਈ ਥਾਵਾਂ ਦੇ ਉੱਤੇ ਜਿਵੇਂ ਮਹਾਰਾਸ਼ਟਰ ਦੇ ਵਿੱਚ ਉਹਨਾਂ ਬੜਾ ਅੱਛਾ ਪ੍ਰਬੰਧ ਕੀਤਾ ਆਕਸੀਜਨ ਦਾ ਕਿ ਕਿਸ ਤਰੀਕੇ ਦੇ ਨਾਲ ਕੋਵਿਡ ਸੈਂਟਰਸ ਦੇ ਵਿੱਚ ਜਿਹੜੀ ਉਹਨਾਂ ਦੇ ਕੋਲ ਇਸ ਵੇਲੇ ਰਿਜ਼ਰਵ ਆਕਸੀਜਨ ਆ ਸੋ ਅਸੀਂ ਵੀ ਇਹ ਇੱਕ ਉਪਰਾਲਾ ਆ ਜਿਹਨੂੰ ਅੱਜ ਇੱਥੋਂ ਸ਼ੁਰੂ ਕੀਤਾ ਆ ਇਸ ਕਰਕੇ ਸ਼ੁਰੂ ਕੀਤਾ ਹੈ ਕਿ ਅਸੀਂ ਵੀ ਆਕਸੀਜਨ ਰਿਚ ਹੋ ਸਕੀਏ ਔਰ ਪੰਜਾਬ ਦੇ ਵਿੱਚ ਤਾਂ ਜਿੱਥੇ ਐਡੀ ਵਧੀਆ ਜਰਖੇਜ਼ ਜ਼ਮੀਨ ਆ ਇਹਦੇ 'ਚ ਜੇ ਖਾਸ ਤੌਰ 'ਤੇ ਪਲਾਂਟਸ ਲਾਏ ਜਾਣ ਅਤੇ ਇਹ ਮੈਂ ਬੜੇ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਇੱਥੇ ਇੰਨੀ ਆਕਸੀਜਨ ਹੋਵੇਗੀ ਕਿ ਜਿਹੜਾ ਤੁਸੀਂ ਇਹ ਕਹਿ ਸਕਦੇ ਹੋ ਕਿ ਸਾਡੀਆਂ ਜਿੰਨੀਆਂ ਲੋੜਾਂ ਨੇ ਉਹਨਾਂ ਨੂੰ ਪੂਰਾ ਕਰ ਸਕੇਗੀ ਜਦੋਂ ਦੀ ਸਾਡੀ ਕਾਂਗਰਸ ਗਵਰਨਮੈਂਟ ਆਈ ਆ ਵਿਸ਼ੇਸ਼ ਇੱਕ ਪ੍ਰੋਗਰਾਮ ਜਿਹੜਾ ਸਾਰੇ ਏਰੀਆ ਦੇ ਵਿੱਚ ਫੋਰੈਸਟ ਜਿਹੜਾ ਵਧਾਉਣ ਦਾ ਕੀਤਾ ਗਿਆ ਕਿਉਂਕਿ ਫੋਰੈਸਟ ਕਵਰ ਜਿਹੜਾ ਸਾਡਾ ਬਹੁਤ ਘੱਟ ਗਿਆ ਸੀਗਾ ਸੋ ਇਹ ਅੱਜ ਇੱਕ ਸ਼ੁਰੂਆਤ ਹੈ ਜਿਹੜੀ 94 ਪਿੰਡਾਂ ਦੇ ਵਿੱਚ ਜਾਣੀ ਆ ਹਰ ਮੈਂ ਜਿਵੇਂ ਪਹਿਲਾਂ ਦੱਸਿਆ ਕਿ 200 ਪਲਾਂਟ ਹਰ ਪਿੰਡ ਦੇ ਵਿੱਚ ਲਾਉਣਾ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਜਿਹੜਾ ਆ ਜੰਗਲ ਵਧਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਉਹਦੇ ਤਹਿਤ ਬਹੁਤ ਸਾਰੇ ਪਲਾਂਟਸ ਜਿਹੜੇ ਨੇ ਉਹ ਜਿਹੜੇ ਇਲਾਕੇ ਖਾਸ ਤੌਰ 'ਤੇ ਜਿਵੇਂ ਕੰਢੀ ਦਾ ਏਰੀਆ ਉੱਥੇ ਬਹੁਤ ਜਲਦੀ ਪਲਾਂਟ ਹੁੰਦੇ ਨੇ ਉੱਥੇ ਬਹੁਤ ਵੱਡੇ ਪੱਧਰ 'ਤੇ ਫੋਰੈਸਟਾਈਜੇਸ਼ਨ ਕੀਤੀ ਜਾ ਰਹੀ ਆ ਜਿਹੜਾ ਡੀਫੋਰੈਸਟ ਹੋਇਆ ਸੀ ਜਿਹੜਾ ਨੰਗਾ ਹੋ ਗਿਆ ਸੀਗਾ ਜਿੱਥੇ ਜਿਹੜੇ ਸਾਡਾ ਜੰਗਲ ਖਤਮ ਹੋ ਗਿਆ ਸੀਗਾ ਉੱਥੇ ਦੁਬਾਰਾ ਜੰਗਲਾਤ ਜਿਹੜਾ ਆ ਮਹਿਕਮੇ ਵੱਲੋਂ ਇੱਕ ਬਹੁਤ ਵੱਡੀ ਜਿਹੜੀ ਆ ਜਿਹੜੇ ਸਾਡੇ ਮਿਨਿਸਟਰ ਨੇ ਉਹਨਾਂ ਦੀ ਕਿਆਦਤ ਦੇ ਵਿੱਚ ਔਰ ਮੁੱਖ ਮੰਤਰੀ ਜੀ ਦੀ ਕਿਆਦਤ ਦੇ ਵਿੱਚ ਉੱਥੇ ਕਾਫੀ ਨੰਬਰ ਜਿਹੜੇ ਪਲਾਂਟਸ ਦੇ ਉਹ ਲਏ ਗਏ ਨੇ